ग्लोबल कैंपेन चला रहे सुखदेव सिंह वालिया द्वारा एक प्रेस कॉन्फ्रेंस बुलाई गई उन्होंने कहा कि वे पिछले साल नवंबर से आवाज उठा रहे हैं कि केशरी गुरु गोविंद सिंह जी के चार साहिबजादे की याद में बाल दिवस मनाना चाहिए आज मैं एक बहुत बड़ा मुद्दा सामने रखना चाहता हूं जी जो है कि है कि चिल्ड्रन्स डे साहिबजादियों दी मेमोरी च मनाया जाए एदे लिए मेरी एक ग्लोबल कैंपेन चल रही है इवन कनाडा दे विच ਜੂਨ 4 ਨੂੰ ਮੈਨੀਟੋਬਾ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਮੋਹਿੰਦਰ ਸਰਾ ਜੋ ਕਿ ਮੇਪਲਸੋ ਹੈਗੇ ਨੇ ਐਮਪੀਪੀ ਉਹਨਾਂ ਨੇ ਮੇਰਾ ਨਾਮ ਲੈ ਕੇ ਮੁੱਦਾ ਉਠਾਇਆ ਹੈ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਜਦ ਜਨਰਲ ਕਮਰ ਬਾਜਵਾ ਨਵਜੋਤ ਸਿੰਘ ਸਿੱਧੂ ਜੀ ਨੂੰ ਜੱਫੀ ਪਾ ਕੇ ਇਹ ਕਹਿ ਸਕਦੇ ਆ ਕਿ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਣ ਨੂੰ ਤਿਆਰ ਹੈ ਤੇ ਰਾਹੁਲ ਗਾਂਧੀ ਜੀ ਜੋ ਕਿ ਜਨਯੂ ਧਾਰੀ ਕਸ਼ਮੀਰੀ ਬ੍ਰਾਹਮਣ ਹੈ ਕਿਉਂ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾ ਕੇ ਜਾਂ ਜਾਖੜ ਜੀ ਨੂੰ ਜੱਫੀ ਪਾ ਕੇ ਕਹਿੰਦੇ ਕਿ ਇਟ ਵਿਲ ਬੀ ਐਨ ਆਨਰ ਫॉर ਗਾਂਧੀ ਫੈਮਿਲੀ ਅਗਰ ਚਿਲड्रन ਸਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਹੋਏ ਅਗਰ ਤੁਸੀਂ ਫਤੇਗੜ ਸਾਹਿਬ ਜਾਓਗੇ ਉੱਥੇ ਤੁਸੀਂ ਬੈਸਟ ਐਗਜ਼ਾਮਪਲ ਦੇਖੋਗੇ ਆਫ ਯੂਨਿਟੀ ਐਂਡ ਡਾਈਵਰਸਿਟੀ ਚਾਰ ਗੇਟਸ ਹੈਗੇ ਆ ਜੀ ਡੈਡੀਕੇਟਿਡ ਟੂ ਦਾ ਫੋਰ ਬ੍ਰੇਵ ਪਰਸਨਸ ਹੂ ਸਟੂਡ ਅਪ ਫॉर ਦਾ ਕਾਜ਼ ਆਫ ਗੁਰੂ ਗੋਬਿੰਦ ਸਿੰਘ ਜੀ ਐਂਡ ਸਾਹਿਬਜ਼ਾਦੇ ਰਾਈਟਿਸਨੈਸ ਉਹ ਗੇਟਸ ਹੈਗੇ ਆ ਜੀ ਔਨ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਮੋਤੀ ਰਾਮ ਮਹਿਰਾ ਜੀ ਦੀਵਾਨ ਟੋਟਰਮਲ ਜੀ ਤੇ ਨਵਾਬ ਸ਼ੇਰ ਮੁਹੰਮਦ ਖਾਨ ਮੈਨੂੰ ਇਹ ਦੱਸੋ ਕਿ ਕੀ ਕਾਂਗਰਸ ਨੂੰ ਤੇ ਲੀਡਰਸ ਨੂੰ ਯੂਨਿਟੀ ਐਂਡ ਡਾਈਵਰਸਿਟੀ ਨਹੀਂ ਪਸੰਦ ਇਸ ਤੋਂ ਵਧੀਆ ਕੀ ਐਗਜ਼ਾਮਪਲ ਹੋ ਸਕਦੀ ਹੈ ਕਿ ਜਦ ਚਾਰ ਬੰਦੇ ਫ্রম ਡਿਫਰੈਂਟ ਡਿਫਰੈਂਟ ਕਮਿਊਨिटीज ਐਂਡ ਰਿਲੀਜੀਅਨਸ ਉਹਨਾਂ ਲਈ ਖੜੇ ਹੋ ਸਕਦੇ ਆ ਤੇ ਸਾਡੇ ਐਮਪੀਸ ਸਾਡੇ ਲੀਡਰਸ ਕਿਉਂ ਨਹੀਂ ਪਾਰਲੀਮੈਂਟ ਦੇ ਵਿੱਚ ਖੜੇ ਹੁੰਦੇ